ਆਪਾਂ ਨੂੰ ਸਭ ਨੂੰ ਪਤਾ ਕਿ ਗੱਲ ਟਵਿੱਟਰ ਦੀ ਕੀਤੀ ਜਾਵੇ ਤਾਂ ਟਵਿੱਟਰ ਆਪਾਂ ਨੂੰ ਪਤਾ ਐਲਨ ਮਸਕ ਦਾ ਹੀ ਹੈ ਤੇ ਐਲਨ ਮਸਕ ਨੇ ਜਿਹੜਾ ਟਵਿੱਟਰ ਲਿਆ ਕਿਉਂ ਲਿਆ ਦੀ ਕਹਾਣੀ ਬੜੀ ਥੋੜੀ ਜਿਹੀ ਲੰਮੀ ਹੈਗੀ ਆ। ਇੰਡੀਆ ਨਾਲ ਸੰਬੰਧਿਤ ਹੀ ਸੀਗਾ ਸੀਈਓ ਟਵਿੱਟਰ ਦਾ, ਉਹਨੂੰ ਕਹਿੰਦਾ ਵੀ ਭਾਈ ਆ ਮੇਰਾ ਜਿਹੜਾ ਆਹ ਅਕਾਊਂਟ ਮੈਨੂੰ ਕਰਦਾ ਇਹਨੂੰ ਬੰਦ ਕਰੀ ਜਰਾ। ਉਹ ਕਹਿੰਦਾ ਮੈਂ ਤੇਰੇ ਕਹਿਣ ਤੇ ਕਿਉਂ ਕਰਾਂ। ਫਿਰ ਉਹਨੇ ਭਾਈ ਸਾਰੀ ਦੀ ਸਾਰੀ ਕੰਪਨੀ ਖਰੀਦ ਲਈ ਤੇ ਬਾਅਦ ਚ ਪਹਿਲਾਂ ਤਾਂ ਉਹਦਾ ਆ ਕੇ ਪੱਤਾ ਕੱਟਿਆ ਜੀ। ਕੀ ਲੱਗਦਾ ਹਰਸੁਖ ਸਿੰਘ ਜੀ ਇਹਨਾਂ ਨੇ ਸਹੀ ਕੀਤਾ ਕਿ ਜਿਹੜਾ ਸੀਈਓ ਸੀਗਾ ਆਪਦੇ ਤੌਰ ਤੇ ਤਾਂ ਸਹੀ ਕਰ ਰਿਹਾ ਸੀਗਾ ਕਿ ਨਹੀਂ ਕਰ ਰਿਹਾ ਸੀਗਾ? ਹਾਂਜੀ ਬ੍ਰਾਟ ਸਾਹਿਬ, ਇਸ ਸਟੋਰੀ ਦੇ ਬਾਬਤ ਇੱਕ ਅਪਕਮਿੰਗ ਬੁੱਕ ਦੇ ਵਿੱਚ ਖੁਲਾਸੇ ਹੋਏ ਨੇ ਤੇ ਉਹਦੇ ਉਸ ਬੁੱਕ ਦੇ ਵਿੱਚ ਇਹ ਲਿਖਿਆ ਕਿ ਈਲਨ ਮਸਕ ਨੇ ਇੱਕ ਛੋਟੀ ਜਿਹੀ ਤਕਰਾਰ ਕਰਕੇ ਟਵਿੱਟਰ ਨੂੰ ਖਰੀਦਿਆ ਤੇ ਖਰੀਦਣ ਤੋਂ ਬਾਅਦ ਜਦੋਂ ਉਹ ਬਤੌਰ ਸੀਈਓ ਕੰਪਨੀ ਨੂੰ ਸੰਭਾਲਿਆ ਤੇ ਪਹਿਲਾਂ ਉਹਨਾਂ ਨੇ ਜਿਹੜਾ ਪਰਾਗ ਅਗਰਵਾਲ ਸੀ ਉਹਦੀ ਛੁੱਟੀ ਕਰ ਦਿੱਤੀ। ਇਹ ਮਾਮਲਾ ਬ੍ਰਾਟ ਸਾਹਿਬ ਇੱਕ ਅਕਾਊਂਟ ਨੂੰ ਬੈਨ ਕਰਨ ਦਾ ਸੀਗਾ। ਈਲਨ ਮਸਕ ਨੇ ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਨੂੰ ਇੱਕ ਰਿਕੁਐਸਟ ਕੀਤੀ ਸੀਗੀ। ਉਹਨਾਂ ਕਿਹਾ ਕਿ ਇੱਕ ਅਕਾਊਂਟ ਹੈ ਜਿਹੜਾ ਮੇਰੀਆਂ ਮੂਵਮੈਂਟਸ ਨੂੰ ਟਰੈਕ ਕਰ ਰਿਹਾ ਤੇ ਉਹਨੂੰ ਭਾਈ ਤੂੰ ਬਲੌਕ ਕਰ ਦੇ। ਉਹਨਾਂ ਨੇ ਦੱਸਿਆ ਕਿ ਇਸ ਅਕਾਊਂਟ ਦਾ ਨਾਮ ਈਲਨ ਜੈਟ ਹੈ ਤੇ ਉਹਨਾਂ ਨੂੰ ਇੱਕ ਅਮੈਰੀਕਨ ਪ੍ਰੋਗਰਾਮਰ ਜੈਕ ਸਵੀਨੀ ਉਹ ਮੇਨਟੇਨ ਕਰ ਰਿਹਾ ਤੇ ਇਹਦੇ ਤੋਂ ਮੈਨੂੰ ਬੜੀ ਦਿੱਕਤ ਆ ਕਿਉਂਕਿ ਉਹ ਈਲਨ ਮਸਕ ਦੇ ਜਿਹੜੇ ਕਾਰਬਨ ਫੁੱਟਪ੍ਰਿੰਟ ਆ ਉਹ ਮੋਨੀਟਰ ਕਰ ਰਿਹਾ ਸੀਗਾ ਤੇ ਇਸ ਗੱਲ ਤੋਂ ਮਸਕ ਸਾਹਿਬ ਬਹੁਤ ਨਾਰਾਜ਼ ਸੀਗੇ ਕਿ ਪਰਾਗ ਅਗਰਵਾਲ ਨੇ ਉਹਨਾਂ ਦੀ ਇਹ ਰਿਕੁਐਸਟ ਮੰਨੀ ਨਹੀਂ ਤੇ ਇਹ ਕਹਿ ਕੇ ਭਾਈ ਜੇ ਅਕਾਊਂਟ ਕੋਈ ਚੱਲਦਾ ਤੇ ਮੈਂ ਬਿਨਾਂ ਵਜ੍ਹਾ ਬੰਦ ਕਿਉਂ ਕਰਾਂ। ਸੋ ਮਸਕ ਸਾਹਿਬ ਨੇ ਅਕਤੂਬਰ 2022 ਦੇ ਵਿੱਚ 44 million US dollar ਦੇ ਜਿਹੜੇ ਸਟੇਕ ਸੀਗੇ ਉਹ ਖਰੀਦ ਲਏ ਤੇ ਇਹਦੂ ਬਾਅਦ ਉਹਨਾਂ ਨੇ ਇਹ ਫਿਰ ਸਾਰਾ ਪਲੇਟਫਾਰਮ ਹੀ ਪਰਚੇਸ ਕਰ ਲਿਆ। ਇਹ ਸਾਰੇ ਖੁਲਾਸੇ ਇੱਕ ਅਪਕਮਿੰਗ ਬੁੱਕ ਬੈਟਲ ਫੋਰ ਦਾ ਬਰਡ ਵਿੱਚ ਹੋਈ ਹੈ। ਇਹਨੂੰ ਬਲੂਮਬਰਗ ਦੇ ਇੱਕ ਟੌਪ ਪੀਪਲ ਜਾਂ ਟੌਪ ਤੇ ਤੁਸੀਂ ਕਹਿ ਲਓ ਕਿ ਪਰਸਨ ਬਲੂਮਬਰਗ ਦੇ ਵਿੱਚ ਜਿਹੜੇ ਰਹਿ ਕੇ ਗਏ ਆ ਕਰਟ ਵੈਗਨਰ ਉਹ ਇਹ ਬੁੱਕ ਲਿਖ ਰਹੇ ਆ ਤੇ ਬ੍ਰਾਟ ਸਾਹਿਬ ਇਹ ਬੁੱਕ ਕੱਲ੍ਹ ਨੂੰ ਜਾਣੀ ਕਿ 20 February 2024 ਨੂੰ ਰਿਲੀਜ਼ ਹੋ ਰਹੀ ਹੈ। ਇਹਦੇ ਵਿੱਚ ਟਵਿੱਟਰ ਦੀ ਕਾਰਪੋਰੇਟ ਹਿਸਟਰੀ ਦੇ ਬਾਰੇ ਹੋਰ ਵੀ ਕਈ ਵੱਡੇ ਵੱਡੇ ਖੁਲਾਸੇ ਹੋਣੇ ਆ। ਮਸਕ ਨੇ ਇਨੀਸ਼ੀਅਲੀ ਟਵਿੱਟਰ ਦੇ ਕੁਝ ਸਟਾਕ ਖਰੀਦੇ ਸੀਗੇ ਤੇ ਫਿਰ ਇਵੈਂਚੁਅਲੀ ਕੰਪਨੀ ਨੂੰ ਹੀ ਅਕਵਾਇਰ ਕਰ ਲਿਆ ਸੀਗਾ। ਈਲਨ ਮਸਕ ਨੇ ਪ੍ਰੋਗਰਾਮਰ ਜੈਕ ਸਵੀਨੀ ਜਿਹੜਾ ਉਹਨਾਂ ਦੀਆਂ ਮੂਵਮੈਂਟਸ ਨੂੰ ਟਰੈਕ ਕਰਦਾ ਸੀਗਾ ਉਹਨੂੰ $5,000 ਵੀ ਆਫਰ ਕੀਤਾ ਸੀਗਾ ਕਿ ਆ ਲੈ ਭਾਈ ਪੈਸਾ ਤੇ ਕੰਮ ਕਾਰ ਜਿਹੜਾ ਤੂੰ ਕਰਦਾ ਪਿਆ ਉਹ ਛੱਡ ਦੇ ਕਿਉਂਕਿ ਮੇਰੀ ਪ੍ਰਾਈਵੇਸੀ ਬ੍ਰੀਚ ਹੁੰਦੀ ਹੈ ਤੇ ਮੇਰੀਆਂ ਐਕਟੀਵਿਟੀਜ਼ ਆ ਜਿਹੜੀਆਂ ਤੂੰ ਉਹਨਾਂ ਨੂੰ ਹੁਣ ਮੋਨੀਟਰ ਨਾ ਕਰ। ਪਰ ਸਵੀਨੀ ਨੇ ਇਹਨਾਂ ਤੋਂ $50,000 ਦੀ ਮੰਗ ਕੀਤੀ ਤੇ ਨਾਲ ਇਹ ਕਿਹਾ ਕਿ ਆਪਣੇ ਕਿਸੇ ਪ੍ਰੋਗਰਾਮ ਦੇ ਵਿੱਚ ਮੈਨੂੰ ਇੰਟਰਨਸ਼ਿਪ ਦੇ ਦਿਓ। ਇਹਦੇ ਤੇ ਈਲਨ ਮਸਕ ਸਾਹਿਬ ਨਹੀਂ ਮੰਨੇ, ਉਹਨਾਂ ਕਿਹਾ ਕਿ ਚਲੋ ਠੀਕ ਹੈ। ਉਹਨਾਂ ਨੇ ਫਿਰ ਬਾਅਦ ਵਿੱਚ ਲੀਗਲ ਐਕਸ਼ਨ ਦੀ ਧਮਕੀ ਦਿੱਤੀ। ਮਸਕ ਸਾਹਿਬ ਨੂੰ ਇਹ ਵੀ ਪਤਾ ਲੱਗਿਆ ਕਿ ਉਹਨਾਂ ਦੇ 2 ਸਾਲ ਦੇ ਬੱਚੇ ਦੀਆਂ ਐਕਟੀਵਿਟੀਜ਼ ਵੀ ਉਹ ਟਰੈਕ ਕਰ ਰਿਹਾ ਸੀਗਾ। ਪਿੱਛੇ ਦੇ ਬ੍ਰਾਟ ਸਾਹਿਬ ਇਸੇ ਬੰਦੇ ਦਾ ਫਿਰ ਰੌਲਾ ਪਿਆ ਸੀਗਾ, ਉਹਦੇ ਤੇ ਦੋਸ਼ ਇਹ ਲੱਗੇ ਆ ਕਿ ਉਹ ਮਿਊਜ਼ੀਸ਼ੀਅਨ ਟੇਲਰ ਸਵਿਫਟ ਆ ਜਿਹੜੀ ਉਹਦੀਆਂ ਐਕਟੀਵਿਟੀਜ਼ ਨੂੰ ਟਰੈਕ ਕਰਦਾ, ਉਹਦੀਆਂ ਮੂਵਮੈਂਟਸ ਨੂੰ ਟਰੇਸ ਕਰਦਾ। ਤੇ ਫਿਰ ਉਦੋਂ ਬਾਅਦ ਮਾਮਲਾ ਮੇਰੇ ਖਿਆਲ ਹੁਣ ਲੀਗਲ ਬੈਟਲ ਦੇ ਵਿੱਚ ਚਲਾ ਗਿਆ ਉਹਨਾਂ ਦਾ ਵੀ। ਗੱਲ ਇਹ ਵੀ ਹੈ ਨਾ ਜੀ, ਜੇਕਰ ਆਪਾਂ ਅੱਜ ਕੱਲ੍ਹ ਫਰੌਡ ਦੇਖਦੇ ਹਾਂ ਫੇਸਬੁੱਕ ਦੇ ਜ਼ਰੀਏ ਹੁੰਦੇ ਆ, ਇੰਸਟਾਗ੍ਰਾਮ ਦੇ ਜ਼ਰੀਏ ਹੁੰਦੇ ਆ, ਜੇ ਕੋਈ ਕਿਸੇ ਨੂੰ ਰਿਪੋਰਟ ਕਰਦਾ ਭਾਈ ਫਿਰ ਉੱਥੇ ਹੱਕ ਬਣਦਾ ਵੀ ਉਹਨਾਂ ਦਾ ਰਿਪੋਰਟ ਸੁਣ ਕੇ ਨਾਲ ਨਾਲ ਤੁਰੰਤ ਬੰਦ ਕੀਤਾ ਜਾਵੇ, ਕਿਉਂਕਿ ਠੱਗਾ ਠੋਰਾ ਦੀਆਂ ਜ਼ਿਆਦਾ ਜਿਹੜੀਆਂ ਠੱਗੀਆਂ ਮਾਰਦੇ ਆ ਫੇਸਬੁੱਕ ਇੰਸਟਾਗ੍ਰਾਮ ਇਹੋ ਜਿਹੇ ਥਾਵਾਂ ਤੇ ਫੇਕ ਅਕਾਊਂਟ ਬਣਾ ਕੇ ਬਣਾਉਂਦੇ ਆ। ਸੋ ਇਹਨਾਂ ਨੂੰ ਵੀ ਚਾਹੀਦਾ ਵੀ ਭਾਈ ਫਿਲਟਰ ਫੁਲਟਰ ਕਰਕੇ ਕਰਿਆ ਕਰਨ, ਕਿਉਂਕਿ ਹੁਣ ਇਹ ਮਾਮਲਾ ਬਹੁਤ ਛੋਟੇ ਲੈਵਲ ਦਾ ਨਿਕਲਿਆ, ਹੁਣ ਤਾਂ ਹਰ ਕੋਈ ਵੀ ਬੰਦਾ ਸੋਸ਼ਲ ਮੀਡੀਆ ਤੇ ਚਲਾਉਂਦਾ ਤੇ ਇਹ ਤਾਂ ਮੈਂ ਨਾ ਵੀ ਜਿਹੜੇ ਜਿਵੇਂ ਸੋਸ਼ਲ ਸਿਕਿਉਰਿਟੀ ਮੰਗ ਕੇ ਕਰਦਾ ਆਈਡੈਂਟੀ ਚੈੱਕ ਕਰਕੇ ਹੀ ਕਰਿਆ ਕਰਨਾ। ਪੈਂਪਲੇਟ ਜੇ ਬਣਾਏ ਹੁੰਦੇ ਨੇ ਟ੍ਰੇਡਿੰਗ ਦੇ ਬੜੇ ਅੱਜ ਕੱਲ ਟਵਿੱਟਰ ਦੇ ਉੱਤੇ ਵੀ ਸਕੈਮ ਚੱਲ ਰਹੇ ਨੇ, ਬਹੁਤ ਉਹਨਾਂ ਨੇ ਜੈਨੂਇਨ ਪ੍ਰੋਫਾਈਲ ਮੇਨਟੇਨ ਕੀਤਾ, ਪੁਰਾਣੇ ਪੁਰਾਣੇ ਅਕਾਊਂਟ ਉਹਨਾਂ ਨੇ ਪਤਾ ਨੀ ਕਿੱਥੋਂ ਲਿਆਂਦੇ ਨੇ ਜਿਹੜੇ 2010-11 ਤੋਂ ਚੱਲਦੇ ਪਏ ਨੇ, ਤੇ ਉਹਦੇ ਵਿੱਚ ਵਧੀਆ ਤਰੀਕੇ ਨਾਲ ਪਹਿਲਾਂ ਨਾਰਮਲ ਟਵੀਟਾਂ ਕਰਦੇ ਨੇ, ਇੱਕ ਅੱਧੀ ਟਵੀਟ ਉਹੋ ਜਿਹੀ ਕਰ ਦਿੰਦੇ ਨੇ ਕਿ ਲਿਆਓ ਤੁਹਾਡਾ ਜਿਹੜਾ ਫੰਡ ਆ ਉਹਨੂੰ 10 ਗੁਣਾ ਕਰ ਦਈਏ ਥੋੜੇ ਦਿਨਾਂ ਦੇ ਵਿੱਚ, ਉਹਨੂੰ ਸਪਾਂਸਰ ਕਰਕੇ ਐਡ ਲਾ ਕੇ ਤੇ ਮਲਟੀਪਲ ਲੋਕਾਂ ਨੂੰ ਟਾਰਗੇਟ ਕਰ ਲੈਂਦੇ ਨੇ ਟਵਿੱਟਰ ਨੇ, ਕਿਉਂਕਿ ਐਲਗੋਰਿਦਮ ਨੇ ਜਦੋਂ ਚੈੱਕ ਕਰਨਾ ਉਹਨੂੰ ਤੇ ਇਹੀ ਲੱਗਣਾ ਕਿ ਸਾਰਾ ਕੁਝ ਨਾਰਮਲ ਆ, ਬਾਕੀ ਸਭ ਕੁਝ ਜਦੋਂ ਓਕੇ ਜਾ ਰਿਹਾ। ਸੋ ਇਹ ਇਹਨਾਂ ਚੀਜ਼ਾਂ ਨੂੰ ਗਾਈਡਲਾਈਨਸ ਨੂੰ ਪੜ੍ਹ ਕੇ ਧਿਆਨ ਦੇ ਨਾਲ ਇਹ ਠੱਗਾਂ ਨੇ ਬਹੁਤ ਵਧੀਆ ਤਰੀਕੇ ਦੀ ਇੱਕ ਸਟੱਡੀ ਕੀਤੀ ਹੁੰਦੀ ਹੈ, ਫਿਰ ਜਾ ਕੇ ਭੋਲੇ ਭਾਲੇ ਲੋਕਾਂ ਤੇ ਸਕੈਮ ਕਰਦੇ ਆ, ਇਹ ਐਲਗੋਰਿਦਮ ਨੂੰ ਕਿਤੇ ਨਾ ਕਿਤੇ ਚੀਟ ਕਰ ਜਾਂਦੇ ਆ। ਬ੍ਰਾਟ ਸਾਹਿਬ